ਅੱਜ ਅਸੀਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਸੁਖਵਿੰਦਰ ਕੁਮਾਰ ਜੀ ਦੇ ਨਾਲ, ਜੋ ਕਿ ਹਲਕਾ ਮਲੋਟ ਤੋਂ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਨੇ। ਸਾਡੀ ਟੀਮ ਨਾਲ ਗੱਲਬਾਤ ਕਰਦਿਆਂ ਸੁਖਵਿੰਦਰ ਕੁਮਾਰ ਜੀ ਨੇ ਪਾਰਟੀ ਪ੍ਰਧਾਨ ਸਰਦਾਰ ਬਲਵੀਰ ਸਿੰਘ ਰਾਜੇਵਾਲ ਜੀ ਦੀ ਬੇਹੱਦ ਤਾਰੀਫ ਕੀਤੀ। ਸੁਖਵਿੰਦਰ ਕੁਮਾਰ ਜੀ ਨੇ ਕਿਹਾ, ਅਗਰ ਹਲਕਾ ਮਲੋਟ ਦੇ ਲੋਕ ਉਹਨਾਂ ਨੂੰ ਪਿਆਰ ਦਿੰਦੇ ਨੇ ਤਾਂ ਉਹ ਹਲਕੇ ਦਾ ਵਿਕਾਸ ਬਹੁਤ ਹੀ ਤੇਜ਼ੀ ਨਾਲ ਕਰਵਾਉਣਗੇ, ਹਲਕੇ ਨੂੰ ਨਵੀਆਂ ਬੁਲੰਦੀਆਂ 'ਤੇ ਪਹੁੰਚਾਉਣਗੇ। ਆਓ ਕਰਦੇ ਹਾਂ ਗੱਲਬਾਤ ਸੁਖਵਿੰਦਰ ਕੁਮਾਰ ਜੀ ਦੇ ਨਾਲ। ਸ਼ੋ ਪੰਜਾਬ ਪਲੱਸ ਚੈਨਲ 'ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ ਆਏ ਹਾਂ ਸੁਖਵਿੰਦਰ ਕੁਮਾਰ, ਇੱਕ ਐਸਾ ਨੌਜਵਾਨ ਜਿਹੜਾ PhD ਦੀ ਪੜ੍ਹਾਈ ਪੜ੍ਹ ਰਿਹਾ ਹੈਗਾ ਔਰ ਮੌਜੂਦਾ ਹਾਲਾਤਾਂ ਦੇ ਵਿੱਚ ਇਹ ਮਲੋਟ ਦੀ ਕੰਸਟੀਚੂਸੀ ਦੇ ਵਿੱਚੋਂ ਇਹਨੂੰ SSM ਨੇ ਆਪਣੀਆਂ ਪਾਰਖੂ ਨਿਗਾਹਾਂ ਦੇ ਨਾਲ ਐਜ਼ ਏ ਕੈਂਡੀਡੇਟ ਇਹਨਾਂ ਨੂੰ ਟਿਕਟ ਦੇ ਕੇ ਨਵਾਜਿਆ। ਸੁਖਵਿੰਦਰ ਜੀ, ਤੁਹਾਡਾ ਸਵਾਗਤ ਹੈ ਸਾਡੇ ਸਪੈਸ਼ਲ ਸ਼ੋਅ 'ਚ। ਸਭ ਤੋਂ ਪਹਿਲਾਂ ਤਾਂ ਮੈਂ ਸੰਯੁਕਤ ਸਮਾਜ ਮੋਰਚੇ ਵੱਲੋਂ ਪੰਜਾਬ ਪਲੱਸ ਚੈਨਲ ਦਾ ਅਤੇ ਤੁਹਾਡੇ ਸਰੋਤਿਆਂ ਦਾ ਸਾਰਿਆਂ ਦਾ ਮੈਂ ਸਵਾਗਤ ਕਰਦਾ ਜੀ। ਮੈਂ ਇਹ ਕਹਿਣਾ ਚਾਹੂੰਗਾ, ਜਿਹੜਾ ਡਿਸੀਜ਼ਨ ਸੰਯੁਕਤ ਸਮਾਜ ਮੋਰਚੇ ਨੇ ਲਿਆ, ਇੱਕ ਜਿਹੜਾ ਮੋਰਚਾ ਸੀ ਜਦੋਂ ਕਿਸਾਨੀ ਅੰਦੋਲਨ ਪੰਜਾਬ ਦੀਆਂ ਬਰੂਹਾਂ ਤੋਂ ਭਖਿਆ, ਪੰਜਾਬ ਦੀਆਂ ਬਰੂਹਾਂ ਤੋਂ ਭੱਖ ਕੇ ਜਦੋਂ ਅਸੀਂ ਦਿੱਲੀ ਦੀਆਂ ਬਰੂਹਾਂ ਤੋਂ ਜਾ ਕੇ ਬੈਠੇ ਸੀਗੇ, ਉਸ ਪੰਜਾਬ ਦੇ ਲੋਕਾਂ ਨੇ ਸ਼ੁਰੂ ਕੀਤਾ ਅਤੇ ਪੰਜਾਬ ਦੇ ਲੋਕਾਂ ਨੇ ਸ਼ੁਰੂ ਕਰਕੇ ਪੂਰੇ ਭਾਰਤ ਦੀਆਂ 500 ਤੋਂ ਵਧੇਰੇ ਕਿਸਾਨ ਜਥੇਬੰਦੀਆਂ ਨੇ ਉਹ ਹਕੂਮਤ ਨੂੰ ਜਿਹੜਾ ਹਰਾਉਣ ਵਾਲਾ ਜਿਹੜਾ ਕੰਮ ਉਹ ਕੀਤਾ, ਅਤੇ ਹੁਣ ਅਸੀਂ ਪੰਜਾਬ ਦੇ ਵਿੱਚ ਇੱਕ ਸਿਆਸੀ ਜਿਹੜਾ ਮਾਹੌਲ ਹੈ, ਜਿਹੜਾ ਰਵਾਇਤੀ ਪਾਰਟੀਆਂ ਨੇ ਜਿਹੜਾ ਪੰਜਾਬ ਦੇ ਮਾਹੌਲ ਨੂੰ ਜਿਹੜਾ ਖਤਮ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਹੈ, ਉਸ ਮਾਹੌਲ ਨੂੰ ਅਸੀਂ ਬਦਲਣ ਵਾਸਤੇ ਜਿਹੜੀ ਪੋਲੀਟਿਕਸ ਹੈ ਉਹ ਮਤਲਬ ਕਿ ਇਸ਼ੂ ਬੇਸ ਹੋਣੀ ਚਾਹੀਦੀ ਹੈ। ਇਹ ਨਾ ਹੋਵੇ ਅਸੀਂ ਜਿਹੜੀ ਨਿੱਜੀ ਇੱਕ ਦੂਸਰੇ ਉੱਤੇ ਵਾਰ ਕਰੀਏ। ਹੁਣ ਤੁਸੀਂ ਦੇਖ ਸਕਦੇ ਹੋ ਪੰਜਾਬ ਦੀ ਰਾਜਨੀਤੀ ਦੇ ਵਿੱਚ ਚੱਲ ਕੀ ਰਿਹਾ, ਮੁੱਦਿਆਂ ਦੀ ਗੱਲ ਨਹੀਂ ਕਰਦੀ। ਤਾਂ ਇਸ ਕਰਕੇ ਸੰਯੁਕਤ ਸਮਾਜ ਮੋਰਚੇ ਨੇ ਸੰਕਲਪ ਲਿਆ, ਜਿਹੜੀ ਇਹ ਨਿੱਜੀ ਜਿਹੜੀ ਸਿਆਸਤ ਹੈ ਇਸ ਨੂੰ ਬੰਦ ਕਰਕੇ ਮੁੱਦਿਆਂ ਵਾਲੀ ਜਿਹੜੀ ਰਾਜਨੀਤੀ ਹੈ ਉਹ ਸਾਨੂੰ ਕਰਨੀ ਪੈਗੀ। ਹੁਣ ਵੀ ਤੁਸੀਂ ਦੇਖ ਸਕਦੇ ਹੋ ਲਗਭਗ ਜਿਹੜਾ ਸੰਯੁਕਤ ਸਮਾਜ ਮੋਰਚਾ 111 ਸੀਟਾਂ 'ਤੇ ਲੜ ਰਿਹਾ ਹੈ। 111 ਸੀਟਾਂ ਦੇ ਵਿੱਚ ਜਿੰਨੇ ਵੀ ਜਿਹੜੇ ਵਧੇਰੇ ਜਿਹੜੇ ਕੈਂਡੀਡੇਟ ਨੇ ਉਹਨਾਂ ਦੇ ਵਿੱਚ ਉਹ ਨੌਜਵਾਨ ਸ਼ਾਮਿਲ ਨੇ ਜਿਨ੍ਹਾਂ ਨੇ PhDs ਕੀਤੀਆਂ ਹੋਈਆਂ, ਜਿਨ੍ਹਾਂ ਨੇ MSc ਕੀਤੀ ਹੋਈ ਹੈ, ਜਿਹੜੇ ਉੱਚ ਜਿਹੜੀ ਵਿੱਦਿਆ ਰੱਖਦੇ ਨੇ, ਜਿਹਨਾਂ ਨੇ ਉੱਚ ਵਿੱਦਿਆ ਦੀ ਪੜ੍ਹਾਈ ਕੀਤੀ ਹੋਈ ਹੈ, ਉਹਨਾਂ ਕੈਂਡੀਡੇਟਾਂ ਨੂੰ ਜਿਹੜਾ ਉਹਨਾਂ ਨੇ ਟਿਕਟ ਦੇ ਕੇ ਨਵਾਜਿਆ ਹੈ। ਇਹ ਬਹੁਤ ਹੀ ਅੱਛਾ ਕਦਮ ਹੈ, ਇਹ ਬਹੁਤ ਹੀ ਮਤਲਬ ਕਿ ਉਹਨਾਂ ਦਾ ਅੱਛਾ ਸਟੈਪ ਹੈ। ਇਹ ਉਹੀਓ ਨੌਜਵਾਨ ਨੇ ਜਿਹੜਾ ਵਿਧਾਨ ਸਭਾ ਦੇ ਵਿੱਚ ਜਾ ਕੇ ਜਿਹੜੇ ਤੁਹਾਡੇ ਚਾਹੇ ਉਹ ਕਿਸਾਨੀ ਹੋਵੇ, ਚਾਹੇ ਉਹ ਮਜ਼ਦੂਰ ਹੋਣ, ਚਾਹੇ ਉਹ ਨੌਜਵਾਨ ਹੋਣ, ਚਾਹੇ ਉਹ ਛੋਟੇ ਵਪਾਰੀ ਹੋਣ, ਉਹਨਾਂ ਦੀ ਜਿਹੜੀ ਆਵਾਜ਼ ਨੂੰ ਵਿਧਾਨ ਸਭਾ ਦੇ ਵਿੱਚ ਜਿਹੜਾ ਬੁਲੰਦ ਕਰਨ ਵਾਲਾ ਜਿਹੜਾ ਕੰਮ ਕਰ ਸਕਦੇ। ਤਾਂ ਇਸ ਕਰਕੇ ਸੰਯੁਕਤ ਸਮਾਜ ਮੋਰਚੇ ਨੇ ਜਿੰਨੀਆਂ ਵੀ ਟਿਕਟਾਂ 'ਤੇ ਡਿਵੀਜ਼ਨ ਕੀਤੀ ਹੈ ਬਿਲਕੁਲ ਫੇਅਰ ਡਿਵੀਜ਼ਨ ਕੀਤੀ ਹੈ, ਅਤੇ ਉਹਨਾਂ ਦੇ ਵਿੱਚੋਂ ਮੈਂ ਮਲੋਟ ਹਲਕੇ ਤੋਂ ਅੱਜ ਮੈਂ PhD ਦੀ ਪੜ੍ਹਾਈ ਕਰ ਰਿਹਾ, ਅਤੇ PhD ਦੀ ਪੜ੍ਹਾਈ ਕਰਨ ਤੋਂ ਪਹਿਲਾਂ ਵੀ ਅਸੀਂ ਮਲੋਟ ਸ਼ਹਿਰ ਦੇ ਵਿੱਚ ਸ਼ਹੀਦ ਭਗਤ ਸਿੰਘ ਕਿਤਾਬ ਘਰ ਚਲਾ ਰਹੇ ਹਾਂ, ਅਤੇ ਸ਼ਹੀਦ ਭਗਤ ਸਿੰਘ ਕਿਤਾਬ ਘਰ ਤੋਂ ਪਹਿਲਾਂ ਵੀ ਜਿਹੜਾ ਸਾਡਾ ਮਲੋਟ ਸ਼ਹਿਰ ਦੇ ਵਿੱਚ ਮਾਨਵ ਕਲਿਆਣ ਜਿਹੜਾ ਸਕੂਲ ਚੱਲ ਰਿਹਾ, ਉਹ ਬੱਚੇ ਜਿਹੜੇ ਸੜਕਾਂ 'ਤੇ ਭੀਖ ਮੰਗਦੇ ਆ, ਤਾਂ ਉਹਨਾਂ ਬੱਚਿਆਂ ਨੂੰ ਜਿਹੜਾ ਪੜ੍ਹਾਉਣ ਵਾਲਾ ਜਿਹੜਾ ਕੰਮ ਹੈ ਅਸੀਂ ਕਰਦੇ ਰਹੇ ਹਾਂ, ਕਿਉਂਕਿ ਜਿਹੜਾ ਕੰਮ ਸਰਕਾਰਾਂ ਨੇ ਕਰਨਾ ਸੀਗਾ ਉਹ ਕੰਮ ਸਰਕਾਰਾਂ ਨੇ ਨਹੀਂ ਕੀਤਾ, ਜਿਹੜਾ ਕੰਮ ਇੱਕ MLA ਨੇ ਕਰਨਾ ਸੀਗਾ ਉਹ ਕੰਮ MLA ਨਹੀਂ ਕੀਤਾ। ਤਾਂ ਇਸ ਕਰਕੇ ਅਸੀਂ ਸਮਝਦੇ ਹਾਂ ਕਿਉਂ ਨਾ ਮਤਲਬ ਕਿ ਵਿਧਾਨ ਸਭਾ ਦੇ ਵਿੱਚ ਸਾਡੇ ਜਿਹੜੇ MLA ਚੁਣ ਕੇ ਜਾਣ। ਤਾਂ ਇਸ ਕਰਕੇ ਮੈਂ ਸਟੈਪ ਲਿਆ, ਤਾਂ ਮੈਂ ਇਹ ਸਟੈਪ ਬੜਾ ਸੋਚ ਸਮਝ ਕੇ ਲਿਆ, ਕਿਉਂਕਿ ਜਦੋਂ ਤੱਕ ਸਾਡੇ ਬੱਚਿਆਂ ਕੋਲ ਐਜੂਕੇਸ਼ਨ ਨਹੀਂ, ਜਦੋਂ ਤੱਕ ਸਾਡੇ ਬੱਚੇ ਐਜੂਕੇਟ ਨਹੀਂ ਹੋਣਗੇ ਉਦੋਂ ਤੱਕ ਤੁਸੀਂ ਆਪਦਾ ਜਿਹੜਾ ਸਿਸਟਮ ਹੈ ਉਹ ਨਹੀਂ ਬਦਲ ਸਕਦੇ। ਤਾਂ ਇਸ ਕਰਕੇ ਮੇਰਾ ਜਿਹੜਾ ਪਹਿਲਾ ਜਿਹੜਾ ਮੁੱਦਾ ਹੈ ਉਹ ਲੋਕਾਂ ਨੂੰ ਐਜੂਕੇਟ ਕਰਨਾ ਹੈ, ਬੱਚਿਆਂ ਤੱਕ ਪੜ੍ਹਾਈ ਨੂੰ ਲੈ ਕੇ ਜਾਣਾ ਹੈ, ਅਤੇ ਇਹਨਾਂ ਮੁੱਦਿਆਂ ਨੂੰ ਅਸੀਂ ਅੱਗੇ ਰੱਖ ਕੇ ਜਿਹੜਾ ਚੋਣ ਮੈਦਾਨ ਦੇ ਵਿੱਚ ਅਸੀਂ ਮਲੋਟ ਹਲਕੇ ਤੋਂ ਫਾਈਟ ਕਰ ਰਹੇ ਹਾਂ ਜੀ। ਆਪਾਂ ਦੇਖਿਆ ਪੰਜਾਬ ਨੇ ਕਾਲਾ ਦੌਰ ਹੰਡਾਇਆ, ਕਾਲੇ ਦੌਰ ਤੋਂ ਬਾਅਦ ਪੰਜਾਬ ਦੇ ਵਿੱਚ 1990 ਤੋਂ ਬਾਅਦ ਖੁਦਕੁਸ਼ੀਆਂ ਦਾ ਦੌਰ ਚੱਲਿਆ। ਉਹਨਾਂ ਖੁਦਕੁਸ਼ੀਆਂ ਦੇ ਵਿੱਚ ਚਾਹੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਹੋਣ, ਚਾਹੇ ਸਾਡੇ ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਹੋਣ, ਚਾਹੇ ਸਾਡੀ ਜਵਾਨੀ ਦੀ ਖੁਦਕੁਸ਼ੀਆਂ ਹੋਣ, ਅੱਜ ਪੂਰੇ ਇੰਡੀਆ ਦੇ ਵਿੱਚ ਸਾਡੇ ਜਿਹੜੇ ਨੌਜਵਾਨ ਨੇ ਉਹ ਖੁਦਕੁਸ਼ੀਆਂ ਦੇ ਰਾਹ 'ਤੇ ਤੁਰ ਰਹੇ ਹੈ। ਖੁਦਕੁਸ਼ੀਆਂ ਜਿਹੜੇ ਨੌਜਵਾਨ ਨੇ ਉਹ ਤਾਂ ਕਰ ਰਹੇ ਨੇ ਕਿਉਂਕਿ ਜਵਾਨੀ ਦੇ ਕੋਲ ਇੰਨਾ ਸਰਕਾਰਾਂ ਨੇ ਮਤਲਬ ਕਿ ਰੁਜ਼ਗਾਰ ਦਾ ਕੋਈ ਪ੍ਰਬੰਧ ਨਹੀਂ ਕੀਤਾ। ਜਵਾਨਾਂ ਵਾਸਤੇ, ਜਵਾਨੀ ਵਾਸਤੇ ਰੁਜ਼ਗਾਰ ਦਾ ਪ੍ਰਬੰਧ ਨਾ ਹੋਣ ਕਰਕੇ ਜਿਹੜੀ ਜਵਾਨੀ ਹੈ ਉਹ ਅੱਜ ਨਸ਼ਿਆਂ ਵੱਲ ਧੱਕੀ ਜਾ ਰਹੀ ਹੈ। ਮਤਲਬ ਕਿ ਅੱਜ ਆਪਾਂ ਨੌਰਮਲ ਭਾਸ਼ਾ ਦੇ ਵਿੱਚ ਕਹਿ ਦਿੰਦੇ ਹਾਂ, ਜਦੋਂ ਵੀ ਚੌਂਕਾਂ 'ਤੇ ਜਿਹੜੀ ਸਾਡੀ ਜਵਾਨੀ ਉਹ ਖੜੀ ਹੁੰਦੀ ਹੈ ਤਾਂ ਆਪਾਂ ਉਹਨੂੰ ਮੰਡੀਰ ਕਹਿ ਕੇ ਸੱਦਣ ਵਾਲਾ ਜਿਹੜਾ ਕੰਮ ਉਹ ਕਰਦੇ ਹਾਂ। ਅਕਸਰ ਉਹ ਮੰਡੀਰ ਨਹੀਂ, ਅਕਸਰ ਇਹ ਸਰਕਾਰਾਂ ਦੀ ਨਲਾਇਕੀ ਰਹੀ ਹੈ। ਸਰਕਾਰਾਂ ਨੇ ਸਾਡੇ ਧੀਆਂ ਪੁੱਤਾਂ ਨੂੰ ਕੰਮ ਦੇਣ ਦੀ ਬਜਾਏ ਸਿਰਫ ਔਰ ਸਿਰਫ ਨੌਜਵਾਨਾਂ ਨੂੰ ਡਾਂਗਾ ਦਿੱਤੀਆਂ ਅਤੇ ਨਸ਼ਿਆਂ ਵੱਲ ਤੋਰਿਆ। ਤਾਂ ਇਸ ਕਰਕੇ ਸੰਯੁਕਤ ਸਮਾਜ ਮੋਰਚਾ ਇਹ ਅਪੀਲ ਕਰਦਾ, ਇਹ ਸਾਡੇ ਚੋਣ ਮੈਨੀਫੈਸਟੋ ਦੇ ਵਿੱਚ ਵੀ ਹੈ।
चुने जाने MLA हुण MLA का मतलब की है मैंबर ऑफ लैजिस्लेटिव असैम्बली विधान सभा के मैंबर चुने जाने हैं पर गल्लां की करते हैं सानू गद्दियां ते बहा दो असी तुहानू दाल आटा दे दांगे तैस करके असी चाहुंदे हां जिहड़े भी मतलब कि विधायक इत्थों चुन के जाते रहे हैं वह क्यों नहीं विधानसभा दे विच साडी जवानी वास्ते रुजगार की गल करते हैं तैस करके संयुक्त समाज मोर्चे का यह चोण मैनीफेस्टो दे विच है साडी दवरकी पढ़ी जा सकती है साडा इकरारनामा पढ़िया जा सकता उस असी पाया है अगर संयुक्त समाज मोर्चे की सरकार अगर विधानसभा दे विच बनती है तो साढ़े धियां पुत्तां वास्ते असी रुजगार की गरंटी करता हुआ जिहड़ा कानून है उस नूं विधानसभा दे विच पास करांगे ताकि हर ओ धी पुत्त जिन्हां दीआं जानां अज गवाईआं जा रही हैं हर ओ धी पुत्त जिहड़े साडे पंजाब दा गहना है वह अज बाहर जा रहे हैं वह बाहर ऐसे करके जा रहे हैं क्योंकि सरकारां ने उन्हां वास्ते इत्थे रुजगार का प्रबंध नहीं किया तैस करके जवानी वास्ते रुजगार भी होवे अगर रुजगार नहीं तो पैसे नहीं अगर पैसे नहीं तो फिर घर दियाँ जड़िया आम लोड़ीदियाँ लोड़ा जी रोजी रोटी कपड़ा मकान दी पूरिया नहीं हो सकदियां तैस करके जवानी नूं मतलब किसे बचाने वास्ते विधानसभा दे विच संयुक्त समाज मोर्चा रुजगार की गरंटी करता हुआ जिहड़ा कानून है वह पास करवाएगा तो जो ये कानून बनेगा तो मैनू नहीं लगता कोई भी जिहड़ा साडे घरां दे जिहड़े धी पुत्त ने वह सड़कां ते रुल के धक्के खाणगे जो धियां पुत्तां कोल कम होएगा तो समाज अमीर होएगा जिहड़ी भारत की जिहड़ी GDP है पंजाब की जिहड़ी GDP है वह होर भी उच्चा होने वाला जिहड़ा कम है वह रुजगार के नाल होएगा तो यह सारा जिहड़ा सवाल है रुजगार के नाल जुड़िया होया सानू पिंडां दे विच बहुत हुंगारा मिल रहा लोग साडी चाहे धन होवे चाहे वह मन होवे हरेक तरीके नाल साडी जिहड़ी हैल्प है वह करन वाला जिहड़ा कम है वह कर रहे ने तो काफला दिनों दिन मतलब कि वड्डा हुंदा जा रहा लोग मतलब कि साडे नाल जुड़न वाला जिहड़ा कम है हो रहा मैनू मलोट हल्के तो पूरा हुंगारा मिल रहा तो मैं ये उम्मीद जरूर करदा कि जिहड़े पंजाब जिहड़े अपने मलोट हल्के दे जिन्ने भी सूझवान जिहड़े वोटर ने वह इस वक्त बिल्कुल अवेयर हो चुके ने वह इस करके अवेयर हो चुके ने क्योंकि इन्ना पोलीटिकल पार्टियां ने बहुत ही मतलब कि साडे पंजाब नूं बहुत ही लुट्टिया तो इस करके असी ये उम्मीद कर साडे मलोट शहर के लोग ये उम्मीद करते हैं हुण पढ़िया लिखिया तो जिहड़ा पॉलिटिक्स की एक समझ रखता है वह जिहड़ा नौजवान विधानसभा दे विच अगर जाएगा तो जरूर साडे मलोट हल्के नूं ते पंजाब नूं बचाउण दी जिहड़ी लड़ाई है वह जरूर मतलब कि अगे जाके विधानसभा दे विच उठाउण दी कोशिश करेगा जी मैं तो ये कहना चाहनी हाँ कि सारे समुचे पंजाब वासियां नूं जिहड़ा संयुक्त समाज मोर्चा उहदी मदद करनी चाहीदी है उहदे जिहड़े कैंडिडेट ने उहनां नूं जिताउणा चाहीदा है क्योंकि वह पंजाब दे लई है पहला वो एक जंग जित चुकिया जिहड़ी हजे अद्धी है अधूरी है हुण दुबारा सानू जिहड़ी पार्लीमेंटरी डेमोक्रेसी दे विच अपने नुमाइंदे सुखविंदर कुमार वर्गे SSM मोर्चे नूं जिता के भेजना चाहीदा तां कि उत्थे पंजाब पक्षी जिहड़ियां नीतियां बन सकन ते असीं हमेशा ही जद्दोजहद नहीं करिए असीं उत्थे नीतियां घाड़े बणीए ते फिर असीं पंजाब दी तस्वीर बदल सकदे हां सुखविंदर कुमार जी जदों असीं इहनां दे हक लई पिंडां च जांदे हां सानू हुंगारा मिलदा है ते मैं तां अपने मलोट इलाके दे निवासियां नूं इह गल कहूंगी कि जिन्ने भी उम्मीदवार ने उह सारे बाहर ले आ एक एक ही उम्मीदवार जिहड़ा संयुक्त समाज मोर्चे ने दिता है जिहड़ा लड़का PhD है नौजवान है ते जे उह साडे इलाके दी जां साडे हक्कां दी भावें मजदूर होण किसान होण छोटे दुकानदार होण मेरियां भैणां होण उहनां दे हक्कां दी जिहड़ी गल है उही विधानसभा च जा कर सकदा है मैं इलाके वासियां नूं पुरजोर अपील करदी हां ਨੂੰ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਮਿਲੇ ਸੀਗੇ ਤਾਂ ਉਦੋਂ ਹੀ ਬਿਨਾਂ ਕਿਸੇ ਪਾਵਰ ਤੋਂ ਬਿਨਾਂ ਕਿਸੇ ਸੱਤਾ ਤੋਂ ਬਿਨਾਂ ਕਿਸੇ ਸਪੋਰਟ ਤੋਂ ਵਿਦਿਆਰਥੀਆਂ ਦੀ ਹਰ ਹੀਲੇ ਮਦਦ ਕਰਦੇ ਸੀਗੇ ਅੱਜ ਜਦੋਂ ਸੰਯੁਕਤ ਸਮਾਜ ਮੋਰਚੇ ਨੇ ਉਹਨਾਂ ਦੀ ਜ਼ਿੰਮੇਵਾਰੀ ਲਾਈ ਆ ਕਿ ਉਹ ਆਪਣਾ ਜਿਹੜਾ ਫਰਜ਼ ਅਦਾ ਕਰਨ ਉੱਥੇ ਪਹੁੰਚਣ ਜਿੱਥੇ ਕਾਨੂੰਨ ਬਣਾਏ ਜਾਂਦੇ ਨੇ ਕਿਉਂਕਿ ਸਾਨੂੰ ਲੋਕ ਸਾਡੇ ਲੋਕਾਂ ਨੂੰ ਨਾ ਭੀਖ ਮੰਗਣ ਲਾਤਾ ਹੋਇਆ ਵਾ ਸਾਨੂੰ ਪਾਲਿਸੀਆਂ ਦੇ ਦਿੱਤੀਆਂ ਵੀ ਤੁਹਾਨੂੰ ਆਟਾ ਦਾਲ ਸਕੀਮ ਦੇਵਾਂਗੇ ਪਰ ਕੋਈ ਕਾਨੂੰਨਾਂ ਦੀ ਗੱਲ ਨਹੀਂ ਕਰਦਾ ਕੋਈ ਉਹ ਜਿਹੇ ਕਾਨੂੰਨ ਬਣਨ ਜਿਹੜਾ ਲੋਕਾਂ ਦਾ ਪੱਕਾ ਹੱਲ ਕਰ ਸਕਣ ਪਰ ਸਾਡੇ ਕੈਂਡੀਡੇਟ ਦਾ ਇਹ ਵਾਅਦਾ ਕਿ ਉਹ ਕਾਨੂੰਨਾਂ ਦੀ ਗੱਲ ਕਰਨਗੇ ਤੋਂ ਸੰਯੁਕਤ ਕਿਸਾਨ ਮੋਰਚੇ ਨੇ ਸੁਖਵਿੰਦਰ ਕੁਮਾਰ ਨੂੰ ਸਾਡੇ ਇੱਥੇ ਮਲੋਟ ਤੋਂ ਟਿਕਟ ਦੇ ਕੇ ਨਿਵਾਜਿਆ ਤੋ ਅਸੀਂ ਤਾਂ ਬੇਨਤੀ ਸਾਰੇ ਇਲਾਕਾ ਨਿਵਾਸੀਆਂ ਨੂੰ ਇਹ ਕਰਦੇ ਹਾਂ ਜੋ ਤੀਜੀ ਤਰਪਾਲ ਦੇ ਸੀਗੇ ਤੋ ਤੀਜੀ ਧਿਰੇ ਸੰਯੁਕਤ ਕਿਸਾਨ ਮੋਰਚਾ ਹੈਗਾ ਅਤੇ ਇਹਦੀ ਵੱਧ ਤੋਂ ਵੱਧ ਸਪੋਰਟ ਕਰਨ ਅਤੇ ਵੋਟ ਪਾ ਕੇ ਇਹਨੂੰ ਵਿਧਾਨ ਸਭਾ 'ਚ ਭੇਜਣ ਅਸੀਂ ਇਹੀ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਕੈਂਡੀਡੇਟ ਤਕਰੀਬਨ ਜਿਹੜੇ ਪਹਿਲਾਂ ਦੇ ਹੈਗੇ ਤਿੰਨੇ ਉਹ ਬਾਹਰ ਦੇ ਨੇ ਔਰ ਸਾਨੂੰ ਲੋੜ ਹੈ ਇੱਕ ਪੜ੍ਹੇ ਲਿਖੇ ਨੌਜਵਾਨਾਂ ਨੂੰ ਵਿਧਾਨ ਸਭਾ ਦੇ ਵਿੱਚ ਭੇਜਣ ਦੀ ਸਾਡੇ ਜਿਹੜੇ ਬੱਚੇ ਅੱਜ ਬੇਰੁਜ਼ਗਾਰ ਫਿਰ ਰਹੇ ਆ ਰੁਜ਼ਗਾਰ ਨਹੀਂ ਉਹ ਨਸ਼ਿਆਂ ਲਿਜਾ ਰਹੇ ਆ ਔਰ ਸਾਡੇ ਪੰਜਾਬ ਦਾ ਜਿਹੜਾ ਬੇੜਾ ਹੀ ਗਰਕ ਹੋ ਗਿਆ ਵੀ ਇਹ ਹਾਲਤ ਹੋ ਗਈ ਸਾਡੇ ਜਿਹੜੇ ਬੱਚੇ ਆ ਨਸ਼ਿਆਂ ਲਿਜਾ ਰਹੇ ਚਿੱਟੇ ਨੇ ਘਰ ਘਰ ਦੇ ਵਿੱਚ ਪੈਰ ਪਸਾਰੇ ਆ
ਸੋ ਇਹੋ ਜਿਹੀਆਂ ਜਿਹੜੀਆਂ ਨਾਮਰਾਤ ਬਿਮਾਰੀਆਂ ਨੂੰ ਲਾਉਣ ਵਾਸਤੇ ਔਰ ਰੁਜ਼ਗਾਰ ਦਾ ਜੇ ਪ੍ਰਬੰਧ ਹੋਏਗਾ ਤਾਂ ਸਾਡੀ ਜਿਹੜੀ ਨੌਜਵਾਨੀ ਹੈ ਉਹ ਨਸ਼ਿਆਂ ਵੱਲ ਨਹੀਂ ਜਾਏਗੀ। ਸੋ ਲੋੜ ਹੈ ਇਹੋ ਜਿਹੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਵਿਧਾਨ ਸਭਾ ਦੇ ਵਿੱਚ ਭੇਜਣ ਦੀ। ਸੋ ਸਾਰੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਕਿ ਸੰਯੁਕਤ ਸਮਾਜ ਮੋਰਚੇ ਵੱਲੋਂ ਕੈਂਡੀਡੇਟ ਸੁਖਵਿੰਦਰ ਕੁਮਾਰ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਆਪਾਂ ਵਿਧਾਨ ਸਭਾ ਦੇ ਵਿੱਚ ਭੇਜੀਏ ਤਾਂ ਜੋ ਰੁਜ਼ਗਾਰ ਦੇ ਕਿੱਤੇ 'ਤੇ ਕਾਨੂੰਨ ਬਣਾਉਣ ਦੀ ਗੱਲ ਹੋ ਸਕੇ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਸੰਯੁਕਤ ਸਮਾਜ ਮੋਰਚਾ ਜਿੰਦਾਬਾਦ, ਸੰਯੁਕਤ ਸਮਾਜ ਮੋਰਚਾ ਜਿੰਦਾਬਾਦ, ਜਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਜਿੰਦਾਬਾਦ ਜਿੰਦਾਬਾਦ ਸਾਡਾ ਏਕਤਾ ਜਿੰਦਾਬਾਦ, ਜਿੰਦਾਬਾਦ ਜਿੰਦਾਬਾਦ।